ਮੇਰੀ ਚ ਇੱਕ ਬੈਠਕ ਹੋਈ ਹੈ ਔਰ ਕੱਲ ਜਿਹੜਾ ਬਿਜਲੀ ਮਹਿਕਮੇ ਕੀ ਲਈ ਹੈ ਕੱਲ ਜਿਹੜਾ ਬਿਜਲੀ ਵਿਭਾਗ ਕੋਲ ਉੱਥੇ ਵੀ ਪ੍ਰਦਰਸ਼ਨ ਹੋਇਆ ਔਰ ਜਿਹੜੇ ਬਿੱਲ ਡਬਲ ਟ੍ਰਿਪਲ ਜਿਹੜੇ ਬਿੱਲ ਲੋਕੀ ਦਿਆ ਕਰਦੇ ਨੇ ਇਸ ਮਹੀਨੇ ਕੋ ਜਿਹੜਾ ਦਸੰਬਰ ਦੇ ਮਹੀਨੇ ਦੇ ਉਸੇ ਲਈ ਹੈ ਕਾਫੀ ਅਕਰੋਚ ਸਾਡੀ ਮਾਤਾ ਭੈਣ ਹੈ ਬਜ਼ੁਰਗੀ ਨੌਜਵਾਨ ਸਾਥੀ ਹੈ ਟਿਕਰੀ ਦੇ ਅੰਦਰ ਅੱਜ ਇੱਕ ਬੈਠਕ ਹੋਈ ਹੈ ਇਸ ਬੈਠਕ 'ਚ ਫੈਸਲਾ ਕੀਤਾ ਕਿ ਅਗਰ ਬਿਜਲੀ ਮਹਿਕਮਾ ਸਾਡੇ ਜਿਹੜੇ ਖਾਮ ਖਾ ਦੇ ਜਿਹੜੇ ਬਿੱਲ ਲੋਕੀ ਕੀ ਦਿੱਤੇ ਦੇਣ ਜਿਹੜੇ ਲੋਕਾਂ ਕੋਲ ਜ਼ਬਰਦਸਤੀ ਡਬਲ ਟ੍ਰਿਪਲ ਬਿੱਲ ਵਸੂਲਾ ਕਰਦਾ ਹੈ ਉਹਦੇ ਉੱਪਰ ਉਸੇ ਰਿਵਿਊ ਨਹੀਂ ਕੀਤਾ ਉਹਦੇ ਉੱਪਰ ਆਪਣਾ ਫੈਸਲੇ ਕੀ ਨਹੀਂ ਬਦਲਿਆ ਤਾਂ ਸੋਮਵਾਰ ਕੋਲ ਇਹਨੇ ਫੈਸਲਾ ਕੀਤਾ ਸਾਰੇ ਇਲਾਕੇ ਲੋਕਾਂ ਬਈ ਹੈ ਕਿ ਸੋਮਵਾਰ ਕੋਲ ਇੱਥੇ ਜ਼ਬਰਦਸਤ ਤਰੀਕੇ ਕੰਨ ਹੜਤਾਲ ਹੋ ਗਾ ਟਿਕਰੀ ਦੇ ਅੰਦਰ ਔਰ ਨੰਬਰ 1 ਨੰਬਰ 2 ਜਿਹੜਾ ਬਿੱਲ ਦਾ ਮਸਲਾ ਤੇ ਹੈਗਾ ਲੇਕਿਨ ਨੰਬਰ 2 ਜਿਹੜੀ ਬਦਤਮੀਜ਼ੀ ਸਾਡੇ ਰਿਟਾਇਰਡ ਹੈਡਮਾਸਟਰ ਆਪਣੇ ਪਰਥ ਚੰਦ ਜੀ ਪਰ ਸਿੰਘ ਜੀ ਜਿੰਦੇ ਕੰਨੇ ਕੱਲ ਜਲੇ ਆਪਣਾ ਬਿੱਲ ਕੀ ਸੁਣਾਣੀ ਬਿੱਲ ਕੀ ਲਈ ਹੈ ਕਿ ਲੋਕ ਇਹਦੇ ਕੰਨੇ ਗਏ ਇੱਥੇ ਦੇ ਬੜੇ ਮੌਜੀਜ਼ ਆਦਮੀ ਲੋਕ ਇਹਦੇ ਕੰਨੇ ਗਏ ਅਸ ਗਏ ਦੇ ਸਾਡੇ ਬਾਅਦ ਥੋੜੇ ਲੇਟ ਪੁੱਜੇ ਜਲੇ ਇਹਦੇ ਕੰਨੇ ਲੋਕ ਗਏ ਇਹਦੇ ਕੰਨੇ ਇੰਨੀ ਬਦਤਮੀਜ਼ੀ ਕੀਤੀ ਹੈ ਇਹਨੇ ਧੱਕੇ ਮਾਰੇ ਇਹਦੇ ਕੰਨੇ ਹੱਥਾਪਾਈ ਕੀਤੀ ਹੈ ਔਰ ਮਹਿਕਮੇ ਦੇ ਜੇਸੇਡਬਲਯੂ ਨੇ ਇਹਦੇ ਕੰਨੇ ਬਦਤਮੀਜ਼ੀ ਕੀਤੀ ਦੀ ਹੈ ਇਹਦੇ ਕੰਨੇ ਹੱਥਾਪਾਈ ਕੀਤੀ ਦੀ ਹੈ ਇਹਨੇ ਜਿਹੜੇ ਧੱਕੇ ਮਾਰੇ ਨੇ ਇਹ ਟਿਕਰੀ ਮਾਰਦੇ ਲੋਕ ਆਖਾਂ ਦੇ ਕਿ ਸਾਡਾ ਸਿਰਫ ਇਹ ਜਿਹੜੇ ਮਾਸਟਰ ਹੁੰਦੇ ਕੰਨੇ ਤੱਕ ਮੁੱਕੀ ਨਹੀਂ ਹੈ ਇਹਦੇ ਕੰਨੇ ਬਦਤਮੀਜ਼ੀ ਨਹੀਂ ਹੈ ਪੂਰੇ ਗ੍ਰਾਂ ਦੇ ਲੋਕੇ ਕੰਨੇ ਬਦਤਮੀਜ਼ੀ ਹੈ ਔਰ ਇਹ ਕੋਈ ਇਹਦੇ ਮੁਲਾਜ਼ਮ ਨਹੀਂ ਹੈ ਇਹਨੇ ਪੂਰਾ ਅਧਿਕਾਰ ਹੈ ਕਿ ਆਪਣੀ ਗੱਲ ਰੱਖਣੇ ਦਾ ਮਹਿਕਮੇ ਦੇ ਕੰਨੇ ਆਪਣੀ ਗੱਲ ਰੱਖਣੇ ਦਾ ਅਧਿਕਾਰ ਹੈ ਆਪਣੀ ਗੱਲ ਰੱਖਣੇ ਕਿ ਇਹਦੇ ਕੰਨੇ ਬਦਤਮੀਜ਼ੀ ਕੀਤੀ ਹੈ ਜਿਸ ਕਿਤੇ ਕਿਸੇ ਵੀ ਸੂਰਤ ਪਰ ਬਰਦਾਸ਼ਤ ਨਹੀਂ ਕੀਤਾ ਜਾ ਅਸੀਂ ਤਾਂ ਆਖਣਾ ਚਾਹੁੰਦੇ ਹਾਂ ਬਿਜਲੀ ਮਹਿਕਮੇ ਕੀ ਆਖਣਾ ਚਾਹੁੰਦੇ ਹਾਂ ਇੱਥੇ ਦੀ ਯੂਟੀ ਸਰਕਾਰ ਹੀ ਆਖਣਾ ਚਾਹੁੰਦੇ ਹਾਂ ਜਿਸ ਅਧਿਕਾਰੀ ਨੇ ਜਿਸ ਡਬਲਯੂ ਨੇ ਇਹਨਾਂ ਨੇ ਬਦਤਮੀਜ਼ੀ ਕੀਤੀ ਹੈ ਉਸੇ ਫੌਰੀ ਤੌਰ ਪਰ ਇੱਥੇ ਟ੍ਰਾਂਸਫਰ ਕੀਤਾ ਜਾ ਔਰ ਉਹਦੇ ਖਿਲਾਫ ਕੋਈ ਜਿਹੜਾ ਸਖਤ ਐਕਸ਼ਨ ਲੈਤਾ ਜਾ ਇਹ ਇੱਥੇ ਦਾ ਸਾਫ਼ ਸਿੱਧਾ ਇੱਥੇ ਦੇ ਲੋਕਾਂ ਸਨੇਹਾ ਅਗਰ ਨਹੀਂ ਕਾਰਵਾਈ ਹੋਈ ਤਾਂ ਸੋਮਵਾਰ ਕੋਲਾ ਜਿਹੜਾ ਇੱਥੇ ਉਗਰ ਪ੍ਰਦਰਸ਼ਨ ਹੋਣਾ ਹੈ ਪਹਿਲਾ ਮਸਲਾ ਬਿੱਲ ਅਗਰ ਤੁਸੀਂ ਜਿਹੜੇ ਐਕਸਟਰਾ ਬਿੱਲ ਸਾਡੇ ਕੋਲ ਚਾਰਜ ਕਰਾ ਕਰਦੇ ਅਗਰ ਉਹਦੇ ਉੱਪਰ ਫੈਸਲਾ ਰਿਵਿਊ ਨਹੀਂ ਕੀਤਾ ਤਾਂ ਇੱਥੇ ਸੋਮਵਾਰ ਕੋਲਾ ਇੱਥੇ ਜ਼ਬਰਦਸਤ ਤਰੀਕੇ ਕਨੇ ਉਗਰ ਪ੍ਰਦਰਸ਼ਨ ਹੋਣਾ ਸ਼ੁਰੂ ਹੋਈ ਹੈ ਨਾ ਔਰ ਦੂਆ ਜੈਸੇ ਏਡਬਲਯੂ ਨੇ ਜਿਹੜੀ ਬਦਤਮੀਜ਼ੀ ਸਾਡੇ ਮਾਸਟਰ ਦੇ ਕਨੇ ਕੀਤੀ ਔਰ ਉਹਦੇ ਖਿਲਾਫ ਕਾਰਵਾਈ ਨਹੀਂ ਕੀਤੀ ਤਾਂ ਵੀ ਉਗਰ ਪ੍ਰਦਰਸ਼ਨ ਹੋਣਾ ਇੱਥੇ ਸਾਫ਼ ਤੇ ਸਿੱਧਾ ਸੁਨੇਹਾ ਦੇਣਾ ਚਾਹੁੰਦੇ ਹਾਂ ਅਸੀਂ ਤਾਂ।